ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ, ਜਿਹੜੇ ਮੇਥੇ ਹੁੰਦੀ ਹੈ, ਮੇਥੀ ਤੇ ਧਨੀਆ, ਇਹਨੂੰ ਆਪਾਂ ਛਾਲਣੀ ਦੀ ਮਦਦ ਨਾਲ ਕਿਵੇਂ ਮਿੰਟੋ ਮਿੰਟੀ ਸਾਫ਼ ਕਰ ਸਕਦੇ ਹਾਂਗੇ। ਦੇਖੋ, ਨਹੀਂ ਆਪਾਂ ਨੂੰ ਇਹ ਪੱਤਾ ਪੱਤਾ ਸਾਫ਼ ਕਰਨਾ ਬਹੁਤ ਹੀ ਔਖਾ ਲੱਗਦਾ ਜੀ, ਜਿਹੜੀਆਂ ਆਪਣੀਆਂ ਭੈਣਾਂ ਜੌਬ ਕਰਦੀਆਂ, ਖਾਸ ਕਰ ਉਹਨਾਂ ਵਾਸਤੇ ਤਾਂ ਬਹੁਤ ਹੀ ਔਖਾ ਕੰਮ ਹੈ ਇਹ। ਦੇਖੋ, ਇਹਦੇ ਨਾਲ ਆਪਾਂ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਦੱਸਦੇ ਹਾਂ ਜੀ। ਜਿਵੇਂ ਆਪਾਂ ਇੱਕ ਇਸ ਤਰ੍ਹਾਂ ਲੈਣੀ ਹੈ ਟਾਹਣੀ ਇਹਦੀ, ਅਤੇ ਇਹਦੇ ਮੋਰੀ ਵਿੱਚ ਪਾਉਣਾ ਜੀ। ਆਹ ਦੇਖੋ, ਮਿੰਟੋ ਮਿੰਟੀ ਆਪਾਂ ਸਬਜ਼ੀ ਨੂੰ, ਇਹ ਆਪਣਾ ਕੰਮ ਬੱਚੇ ਵੀ ਕਰ ਸਕਦੇ ਆ, ਛੋਟੇ ਬੱਚੇ ਵੀ। ਜਿਹੜਾ ਇਹ ਕੰਮ ਹੈ ਜੀ, ਇਹ ਆਪਾਂ ਇੱਕ ਵਾਰ ਬੱਚੇ ਨੂੰ ਸਮਝਾ ਦਈਏ ਨਾ, ਛੋਟੇ ਛੋਟੇ ਬੱਚੇ ਵੀ ਇਹ ਕੰਮ ਆਸਾਨੀ ਨਾਲ ਆਪਣਾ ਕਰ ਸਕਦੇ ਆ ਜੀ। ਮਿੰਟਾਂ 'ਚ ਹੀ ਆਪਣੀ ਸਬਜ਼ੀ ਜਿਹੜੀ ਹੈਗੀ ਹੈ ਤਿਆਰ ਹੋ ਜੂਗੀ। ਆ ਦੇਖੋ ਜੀ, ਮਿੰਟਾਂ 'ਚ ਇਹ ਹੋ ਜਾਣਗੇ। ਅਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਧਨੀਆ ਕਰਕੇ ਦਿਖਾਉਂਦੇ ਹਾਂ, ਇਹ ਆਪਾਂ ਸਾਰਾ ਕੱਢ ਲੈਂਦੇ ਹਾਂ। ਆਪਣਾ ਇਹ ਵੀ ਮਿੰਟਾਂ 'ਚ ਇਸ ਤਰ੍ਹਾਂ ਤਿਆਰ ਹੋ ਗਿਆ, ਅਤੇ ਬਹੁਤ ਹੀ ਆਸਾਨੀ ਨਾਲ। ਇਹ ਬਹੁਤ ਹੀ ਕੰਮ ਆਉਣ ਵਾਲੀ ਟ੍ਰਿਕ ਹੈ ਜੀ, ਬਹੁਤ ਹੀ ਵਧੀਆ, ਅਤੇ ਤੁਸੀਂ ਵੀ ਅਜਮਾ ਕੇ ਜ਼ਰੂਰ ਦੇਖਿਓ। ਲਓ ਜੀ, ਜਿਹੜੇ ਆਪਣਾ ਧਨੀਆ ਜਾਂ ਮੇਥੇ ਮੇਥੀ ਜੋ ਵੀ ਚੀਜ਼ ਹੁੰਦੀ ਹੈ ਜੀ, ਇਹਨੂੰ ਆਪਾਂ ਚੰਗੀ ਤਰ੍ਹਾਂ ਜਿਵੇਂ ਕੋਈ ਪਲਾਸਟਿਕ ਦਾ ਕੰਟੇਨਰ ਲੈ ਕੇ ਅਤੇ ਲਿਫਾਫਾ ਲੈ ਕੇ ਜੀ ਇਸ ਤਰ੍ਹਾਂ ਦਾ, ਅਤੇ ਉਹਦੇ ਵਿੱਚ ਕਿਵੇਂ ਇੱਕ ਹਫ਼ਤੇ ਵਾਸਤੇ ਆਪਾਂ ਸਟੋਰ ਕਰ ਸਕਦੇ ਹਾਂ ਆਪਣਾ ਧਨੀਆ ਮੇਥੇ ਜਾਂ ਮੇਥੀ। ਕੋਈ ਵੀ ਸਬਜ਼ੀ ਹੈ ਆਪਣੀ ਬਿਲਕੁਲ ਫਰੈਸ਼ ਰਹੂਗੀ, ਅਤੇ ਆਪਾਂ ਨੇ ਬਿਲਕੁਲ ਵੀ ਕੋਈ ਗਲੀ ਸੜੀ ਨਹੀਂ ਜਾਊਗੀ। ਇੱਕ ਹਫ਼ਤੇ ਵਾਸਤੇ ਆਪਾਂ ਇਹਨੂੰ ਕਿਵੇਂ ਵੀ ਮਰਜ਼ੀ ਸਵਾਰ ਕੇ ਸਟੋਰ ਕਰਕੇ ਰੱਖ ਸਕਦੇ ਹਾਂ। ਅਤੇ ਲਓ ਜੀ, ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ।